ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਤੁਸੀਂ ਬਹੁਤ ਛੋਟੇ ਜਿਹੇ ਸਮੇਂ ਵਿੱਚ ਪਹੁੰਚੇ ਹੋ ਤੇ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਇਹ ਲੰਬੀ ਦਿੱਕਤ ਸੀ ਨੰਗਲ ਸ਼ਹਿਰ ਜਿਸ ਕਾਰਨ ਬਰਬਾਦੀ ਦੀ ਰਾਹ ਦੇ ਉੱਤੇ ਗਦਾਰ ਤੇ ਆ ਗਿਆ ਸੀਗਾ ਉਸ ਤੋਂ ਵੱਡੀ ਰਾਹਤ ਆਪਾਂ ਨੂੰ ਪਿਛਲੇ ਹਫ਼ਤੇ ਮਿਲੀ ਹੈ ਪਿਛਲੇ ਹਫ਼ਤੇ ਵੀਰਵਾਰ ਤੋਂ ਇਹ ਫਲਾਈਓਵਰ ਜਿਹੜਾ ਹੈ ਉਹਦਾ ਇੱਕ ਪਾਸਾ ਲੋਕ ਅਰਪਣ ਕਰ ਦਿੱਤਾ ਗਿਆ ਅਤੇ ਤੁਹਾਡੇ ਸਾਹਮਣੇ ਇਸ ਵਕਤ ਵੀ ਆਪਾਂ ਦੇਖ ਰਹੇ ਹਾਂ ਕਿ ਬਿਲਕੁਲ ਟ੍ਰੈਫਿਕ ਸਮੂਥਲੀ ਜਾ ਰਿਹਾ ਅਤੇ ਇਸ ਵਾਰੀ ਸ਼ਨੀ ਐਤਵਾਰ ਨੇ ਗਿਆ ਹਮੇਸ਼ਾ ਹਰ ਸ਼ਨੀ ਐਤਵਾਰ ਨੂੰ ਬਹੁਤ ਭਾਰੀ ਜਾਮ ਕਈ ਕਈ 6-6 ਘੰਟੇ ਲੰਬੇ ਜਾਮ ਲੱਗਦੇ ਸੀ ਪਰ ਇਸ ਵਾਰੀ ਉਸ ਤੋਂ ਰਾਹਤ ਮਿਲੀ ਹੈ ਪਰ ਮੈਂ ਤੁਹਾਨੂੰ ਅੱਜ ਜਿਹੜਾ ਮਕਸਦ ਹੈ ਉਹ ਦੱਸਣਾ ਚਾਹੂੰਗਾ ਅਤੇ ਹੁਣ ਤੱਕ 3-4 ਦਿਨ ਮੈਂ ਇਸ ਲਈ ਨਹੀਂ ਬੋਲਿਆ ਕਿ ਪਿਛਲੇ 3-4 ਦਿਨ ਕੀ ਸਾਜ਼ਿਸ਼ਾਂ ਹੋਈਆਂ ਕੀ ਸਾਜ਼ਿਸ਼ਾਂ ਹੋਈਆਂ ਕਿ ਕਿਸੇ ਤਰੀਕੇ ਨਾਲ ਇਹਦਾ ਜਿਹੜਾ ਇੱਕ ਪਾਸਾ ਜਿਹੜਾ ਨੰਗਲ ਸ਼ਹਿਰ ਅੱਜ ਮੈਂ ਤਾਂ ਬੋਲ ਰਿਹਾ ਮੈਂ ਆਪਣਾ ਸਾਰਾ ਹੋਮਵਰਕ ਵੀ ਕਰਕੇ ਲੈ ਕੇ ਆਇਆ ਅਤੇ ਮੇਰੀ ਤੁਹਾਨੂੰ ਬੇਨਤੀ ਹੈ ਜਿਹੜਾ ਜਿਹੜਾ ਵੀ ਸੁਣ ਰਿਹਾ ਤੁਹਾਡੇ ਮਾਧਿਅਮ ਦੇ ਨਾਲ ਇਹਨੂੰ ਜ਼ਰੂਰ ਸ਼ੇਅਰ ਕਰ ਇਹਨੂੰ ਨੰਗਲ ਦੇ ਅਤੇ ਇਸ ਹਲਕੇ ਦੇ ਇੱਕ ਇੱਕ ਬੰਦੇ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਇਹਨਾਂ ਦੀ ਹਕੀਕਤ ਮੈਂ ਇਸ ਫਲਾਈਓਵਰ ਦਾ ਇਤਿਹਾਸ 2018 ਦੇ ਵਿੱਚ ਇਹ ਫਲਾਈਓਵਰ ਸ਼ੁਰੂ ਹੋਇਆ ਬਣਨਾ ਪੂਰਾ ਕਦੋਂ ਹੋਣਾ ਸੀ ਜੂਨ 2020 ਦੇ ਵਿੱਚ ਡਿਜ਼ਾਈਨਾਂ 'ਚ ਨੁਕਸ 100 ਹੋਰ ਕਮੀਆਂ ਉਹਦੇ ਇੱਕ ਪਹਿਲੀ ਗੱਲ ਜਦੋਂ ਇਹ ਫਲਾਈਓਵਰ ਦੀ ਸਟੱਡੀ ਹੋਈ ਉਦੋਂ ਹੀ ਇਹ ਗੱਲ ਦਾ ਹਿਸਾਬ ਲਾਉਣਾ ਚਾਹੀਦਾ ਸੀ ਕਿਉਂਕਿ ਪੁਲ ਹੋਰ ਵੀ ਬਹੁਤ ਮੰਨਦੇ ਉੱਥੇ ਦਿੱਕਤ ਨਹੀਂ ਆਉਂਦੀ ਇੱਥੇ ਦਿੱਕਤ ਕਿਉਂ ਆਈ ਡੈਮ ਸੀਗਾ ਦਰਿਆ ਸੀਗਾ ਰੇਲਵੇ ਕਰੋਸਿੰਗਾਂ ਸੀਗੀਆਂ ਕੋਈ ਹੋਰ ਡਾਈਵਰਜਨ ਇਮੀਡੀਏਟ ਇਸ ਤੋਂ ਪਹਿਲਾਂ ਇਹ ਫਲਾਈਓਵਰ ਬਣਨ ਤੋਂ ਪਹਿਲਾਂ ਕੋਈ ਟੈਂਪਰੇਰੀ ਰਸਤਾ ਜਾਂ ਹੋਰ ਆਸ ਪਾਸ ਦੇ ਪਿੰਡਾਂ ਤੋਂ ਲੋਕਲ ਕੋਈ ਰਸਤਾ ਸ਼ੁਰੂ ਕਰਨਾ ਚਾਹੀਦਾ ਸੀ ਤਾਂ ਇਹ ਫਲਾਈਓਵਰ ਦਾ ਪੰਗਾ ਲੈਣਾ ਚਾਹੀਦਾ ਸੀ ਪਰ ਨਹੀਂ ਕਦੀ ਕਿਸੇ ਨੇ ਸੋਚਿਆ ਹੀ ਨਹੀਂ ਬਣਾ ਦਿੱਤਾ ਅਤੇ 6 ਸਾਲ ਨੰਗਲ ਦੀ ਤਬਾਹੀ ਕਰਕੇ ਰੱਖ ਦਿੱਤੀ 2021 ਤੋਂ ਇਸ ਫਲਾਈਓਵਰ ਦਾ ਕੰਮ ਬੰਦ ਪਿਆ ਸੀ ਇਸ ਹਲਕੇ ਤੋਂ ਮੈਂ ਇਲੈਕਸ਼ਨ ਲੜਿਆ ਆਪ ਸਭ ਨੇ ਨੰਗਲ ਸ਼ਹਿਰ ਵਾਸੀਆਂ ਨੇ ਇਸ ਹਲਕੇ ਦੇ ਇੱਕ ਇੱਕ ਵੋਟਰ ਨੇ ਰਿਕਾਰਡ ਤੋੜ 58% ਵੋਟਾਂ ਪਾ ਕੇ ਮੈਨੂੰ MLA ਬਣਾਇਆ ਮੈਨੂੰ ਜ਼ਿੰਮੇਦਾਰੀ ਦਿੱਤੀ ਪਰਮਾਤਮਾ ਦੀ ਮਹਾਮਾਈ ਦੀ ਐਸੀ ਕਿਰਪਾ ਹੋਈ ਕਿ ਮੈਂ ਮੰਤਰੀ ਵੀ ਬਣਿਆ ਇਲੈਕਸ਼ਨ ਹੋਇਆ ਜੀ ਮਾਰਚ 2022 ਦੇ ਵਿੱਚ ਕੰਮ ਬੰਦ ਪਿਆ ਸੀ ਇਸ ਫਲਾਈਓਵਰ ਦਾ 19 ਮਾਰਚ ਨੂੰ ਮੈਂ ਸਹੁੰ ਚੱਕੀ ਸੀ 2022 ਨੂੰ ਉਸ ਤੋਂ ਬਾਅਦ ਮੈਂ ਪਤਾ ਕੀਤਾ ਸਭ ਤੋਂ ਪਹਿਲਾਂ ਕੰਮ ਇਸ ਹਲਕੇ ਦੀ ਸਭ ਤੋਂ ਵੱਡੀ ਦਿੱਕਤ ਕਿ ਫਲਾਈਓਵਰ ਬੰਦ ਕਿਉਂ ਹੈ ਕਹਿੰਦੇ ਜੀ ਰੇਲਵੇ ਦੇ ਜਿਹੜਾ ਫਾਟਕ ਹੁੰਦਾ ਸੀ ਥੱਲੇ ਪੁਰਾਣਾ ਆਪਣਾ ਜਿਹੜਾ ਫਾਟਕ ਹੁੰਦਾ ਸੀ ਉਹ ਜਦ ਤੱਕ ਚੱਕਿਆ ਨਹੀਂ ਜਾਊਗਾ ਉਦੋਂ ਤੱਕ ਕੰਮ ਨਹੀਂ ਸ਼ੁਰੂ ਹੋਊਗਾ ਮੈਂ ਉਹ ਪਤਾ ਕੀਤਾ 32 ਪਰਮਿਸ਼ਨਾਂ ਚਾਹੀਦੀਆਂ ਸੀ 32 ਪਰਮਿਸ਼ਨਾਂ ਉਸ ਫਲਾਈਓਵਰ ਨੂੰ ਚੱਕਣ ਲਈ ਕਿਸੇ ਨੇ 2021 'ਚ ਕਿਸੇ ਨੇ ਪ੍ਰਵਾਹ ਨਹੀਂ ਕੀਤੀ ਕਿਉਂ ਜਵਾਈ ਦਾ ਮਾਲ ਆਉਂਦਾ ਸੀ ਬੱਲੇ ਬੱਲੇ ਸੀ ਹੋਰ ਕੋਈ ਦਿੱਕਤ ਨਹੀਂ ਸੀ ਬਿੱਟੀਆ ਰਾਣੀ ਨੂੰ ਕੋਈ ਟੈਨਸ਼ਨ ਨਹੀਂ ਜਵਾਈ ਹੋਰ ਕੋਈ ਕਦੀ ਕਿਸੇ ਨੇ ਦੱਸਣ ਤਾਂ ਸੀ ਕਦੀ ਕਿਸੇ ਨੇ ਗੇੜਾ ਮਾਰਿਆ ਹੋਵੇ ਇੱਥੇ ਕਦੀ ਕਿਸੇ ਕੌਂਸਲਰ ਨੇ ਕਿਹਾ ਹੋਵੇ ਕਿ ਰਾਣਾ ਜੀ ਛੱਡ ਦਿਓ ਕੋਈ ਗੱਲ ਨਹੀਂ ਜਵਾਈ ਤੁਹਾਡਾ ਬਹੁਤ ਅਮੀਰ ਹੈ ਸਭ ਕੁਝ ਹੈਗਾ ਪਰਮਾਤਮਾ ਨੇ ਦਿੱਤਾ ਹੋਟਲ ਬਣਾ ਲਏ ਸਭ ਬਣਾ ਲਏ ਕੋਈ ਲੋਕਾਂ ਦਾ ਭਲਾ ਕਰ ਲਓ ਨਹੀਂ ਆ ਰਿਕਾਰਡ ਹੈ ਜੀ 19/3/2022 ਨੂੰ ਮੈਂ ਸਹੁੰ ਚੱਕੀ ਹੈ ਪਹਿਲੀ ਚਿੱਠੀ ਮੀਟਿੰਗ ਕਰਨ ਤੋਂ ਬਾਅਦ 7/4/2022 ਦੀ ਹੈ ਰੇਲਵੇ ਨੂੰ ਲਿਖਿਆ ਆਹ ਜਿਹੜੀ ਡੇਟ ਹੈ 7/4 ਸਰਕਾਰੀ ਚਿੱਠੀਆਂ ਕੋਈ ਫੈਬਰੀਕੇਟਡ ਨਹੀਂ ਹੋ ਸਕਦੀਆਂ 15 ਦਿਨ ਦੇ ਵਿੱਚ ਸਹੁੰ ਚੱਕਣ ਤੋਂ ਬਾਅਦ ਇਸ 'ਤੇ ਮੈਂ ਮਿਹਨਤ ਕੀਤੀ ਕਸ਼ਮੀਰੀ ਗੇਟ ਦਿੱਲੀ ਕਦੀ ਕੋਈ ਰੇਲਵੇ ਦਾ ਦਫ਼ਤਰ ਕਦੀ ਕੋਈ ਰੇਲਵੇ ਦਾ ਦਫ਼ਤਰ ਕਦੀ ਕਿਤੇ ਫੋਨ ਮਾਰਿਆ ਕਿਤੇ ਪਰਸਨਲ ਦੋਸਤੀ ਕੱਢੀ ਕਿਤੇ ਕੋਈ ਦਬਕਾ ਮਾਰਿਆ ਤਾਂ ਜਾ ਕੇ ਅਕਤੂਬਰ 'ਚ ਜਿਹੜਾ ਫਾਟਕ ਹੈ ਚੱਕਿਆ ਗਿਆ ਉਸ ਤੋਂ ਬਾਅਦ ਕੰਮ ਹੋਇਆ ਕੰਪਨੀ ਵਾਲੇ ਕਹਿੰਦੇ ਜੀ 31 ਮਾਰਚ ਤੱਕ ਕਰ ਦਾਂਗੇ ਇਹ ਹਾਲ ਸੀ ਕੰਪਨੀ ਦਾ ਕਿ ਨਹੀਂ ਹੋਇਆ ਉਸ ਤੋਂ ਬਾਅਦ 9/2/2023 ਨੂੰ ਮੇਰੇ ਵੱਲੋਂ ਨਿਤਿਨ ਗਡਕਰੀ ਜੀ ਨੂੰ ਫਿਰ ਖੱਤ ਲਿਖਿਆ ਗਿਆ ਕਿ ਜੀ ਡਾਈਵਰਜ਼ਨ ਇਹ ਹੈ 9/2/2023 ਨੂੰ ਇਹ ਖੱਤ ਲਿਖਿਆ ਗਿਆ ਇਸ ਦਾ ਬਕਾਇਦਾ ਗਡਕਰੀ ਸਾਹਿਬ ਵੱਲੋਂ ਮੈਨੂੰ ਜਵਾਬ ਆਇਆ ਮੈਂ ਕਿਹਾ ਜੀ ਇਸ ਪੁਲ ਕਰਕੇ ਬਹੁਤ ਵੱਡੀ ਦਿੱਕਤ ਹੋ ਰਹੀ ਹੈ ਹੋਲਾ ਮਹੱਲਾ ਅੱਗੇ ਆ ਰਿਹਾ ਇਹ ਸਾਡਾ ਜਿਹੜਾ ਸਾਰਾ ਇਸ ਇਲਾਕੇ ਦਾ ਟੂਰਿਜ਼ਮ ਹਿੱਟ ਹੋ ਚੁੱਕਿਆ ਬਹੁਤ ਦਿੱਕਤਾਂ ਆਈਆਂ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਹੈ ਕਿਉਂਕਿ ਜਿਹੜਾ ਦੂਜਾ ਰਸਤਾ ਆਪਣਾ ਚੱਲਦਾ ਪਿਆ ਭਲਾਣ ਵਾਲਾ ਉਹ ਰਸਤਾ ਇੰਨਾ ਕਾਬਲ ਨਹੀਂ ਹੈ ਛੋਟੀ ਸੜਕ ਹੈ ਉੱਥੋਂ ਹੈਵੀ ਟ੍ਰੈਫਿਕ ਜਾਂਦਾ ਬਹੁਤ ਸਾਰੀ ਮੌਤਾਂ ਹੋ ਰਹੀਆਂ ਇਹਦੇ 'ਤੇ ਹੋਵੇ ਉਸ ਤੋਂ ਬਾਅਦ ਅੱਜ ਤੱਕ ਕਦੀ ਕਿਸੇ ਮੰਤਰੀ ਨੇ ਜਾਂ ਕਦੀ ਕਿਸੇ MLA ਨੇ ਉਸ ਤੋਂ ਬਾਅਦ ਮੈਂ ਹਿਸਾਬ ਲਾ ਲਿਆ ਕਿ ਇਹ ਕੰਮ ਇੱਦਾਂ ਨਹੀਂ ਹੋਊਗਾ ਪਹਿਲੀ ਵਾਰੀ ਹੋਇਆ ਹੋਊਗਾ ਕਿਸੇ ਪ੍ਰੋਜੈਕਟ ਦੀ ਵੀਕਲੀ ਮੈਨੇਜਮੈਂਟ ਵੀਕਲੀ ਮੋਨੀਟਰਿੰਗ ਹਰ ਹਫ਼ਤੇ ਮੈਂ ਇੱਕ ਇੱਕ ਕੰਮ ਆਪ ਚੈੱਕ ਕਰਦਾ ਸੀ ਪਹਿਲੀ ਚੀਜ਼ ਉਸ ਤੋਂ ਬਾਅਦ 1/6/2023 1 ਜੂਨ 2023 ਅਗਲੀ ਚਿੱਠੀ ਇਹਨਾਂ ਨੂੰ ਮੀਟਿੰਗ ਦੇ ਲਈ ਇਹ ਮੈਂ ਸੈਕਟਰੀਏਟ ਬਿਠਾ ਕੇ ਚੰਡੀਗੜ੍ਹ ਇਹਨਾਂ ਨੂੰ ਸਾਰੇ ਵਿੱਚ NHAI ਦੇ ਸਾਰੇ ਮਿਨਿਸਟਰੀ ਠੇਕੇਦਾਰ ਸਭ ਬੁਲਾਉਂਦੇ ਸੀ 8/6/2023 ਉਸ ਤੋਂ ਅਗਲੀ 14/6/2023
उस तो अगली 23/6/2023 आप जी इन्हों की कॉपियां चाहिए मैं वो भी दे दूंगा। उस तो अगली 3/7/2023 उस तो अगली 21/7/2023 31/7 नू आप सब भी इत्थे सीगे जो रात नू मैं इत्थे कई घंटे बैठ के आप इत्थे जिहड़ा इहदी स्लैब पवाई आप इत्थे लेंटर पवाया हर हालत 31/8/7 नू। उस तो बाद 25/8 नू दुबारा मुआइना किया कि किवें इस फ्लाईओवर दे एक पासा चलता जाए। फिर उस तो बाद 8/9 नू मीटिंग हुई ते अज मीटिंग रखी है। पिछले 4 दिनों दे विच इदां दीआं साजिशां इदां दीआं चिट्ठियां बीजेपी दे लीडरां वल्लों कितियां जा रही है कि किसी तरीके नाल इह फ्लाईओवर बंद हो जाए। मेरा कोई क्रेडिट वार नहीं, मैं कितने कोई नींह पत्थर नहीं रखिया, मैं इस फ्लाईओवर ते कितने कोई नींह पत्थर नहीं रखिया। हालांकि मैं कैबिनेट मंत्री चाहता वह भी रख सकता सी, मैनू कोई रोक नहीं सकता, पर फिर भी कितने कोई नींह पत्थर नहीं रखिया। मैनू इको सीगा कि इलाके दे लोकां नू नंगल शहर वासियां नू हिमाचल तो आने जाने वालियां नू, क्योंकि साढ़े 30 मौतां पिछले 6 सालां च 30 मौतां हुई इस फ्लाईओवर दे करके जिहड़ा दूजा सड़क चलती है उसदे उत्ते। कई पेशेंट इत्थे एम्बूलेंसां दे विच ही पूरे हो गए। नंगल दे विच दो दो तीन तीन फैक्ट्रियां कैमिकल वाली फैक्ट्रियां, कल नू कोई ना खुदा ना खादसा कोई हादसा हो जांदा उस पासों इस पासे नहीं आ सकते सी। असी इस दे उत्ते मेहनत करके काम किया, पर जिहड़े अज मैं हुण तुहाडे माध्यम नाल लई है कि अगर ये बंद हुंदा तां उहनां लीडरां करके होऊगा जिहड़े वड्डे वड्डे अपने आप नूं प्रधानमंत्री मोदी दा दोस्त दसदे ने, जेपी नड्डे दे दोस्त दसदे ने, हल्के का कोई भले का काम हो हर काम च टंग उड़ाते हैं। थानू मैं दसना चाहूंगा, थानू पता है जिहड़ा इहदा शिकंजा उधरले पासे वाला करदा तैयार सी, तुसीं सोच के देखो किस हद तक जा सकते हैं। बीबीएमपी तो चिट्ठी कढ़ाती कहिंदे आ जिहड़ा फ्लाईओवर है ना डैम लई खतरा है, इहनू बंद किया जाए। जदों दा चलाया भी थानू 2018 च पता नहीं लग्या कि खतरा हो सकता, 19 च नहीं पता लग्या, 20 च नहीं पता लग्या, 21 च नहीं पता लग्या, 22 च नहीं पता लग्या। ਜਦੋਂ ਲੋਕਾਂ ਦਾ ਚੱਲ ਪਿਆ, ਲੋਕਾਂ ਨੂੰ ਸਾਹ ਲੱਗ ਗਿਆ, ਨੰਗਲ ਚ ਕਾਰੋਬਾਰ ਆ ਗਏ, ਨੰਗਲ ਚ ਦੁਕਾਨਾਂ ਖੁੱਲ ਗਈਆਂ, ਹੁਣ ਕਹਿੰਦੇ ਜੀ ਡੈਮ ਨੂੰ ਖਤਰਾ ਹੈ ਜੀ ਇਹਨੂੰ ਬੰਦ ਕਰੋ। ਕਿਉਂ? ਕਦੀ ਕਿੱਤੇ ਦਿੱਕੇ ਕਦੀ ਕਿੱਤੇ ਦਿੱਕਤ। ਇੱਕ ਉੱਥੇ ਯੂਨੀਅਨ ਦੇ ਵਿੱਚ ਜਾ ਕੇ ਜੀ ਇਹ ਹੈ, ਮੈਂ ਪੁੱਛਣਾ ਚਾਹੁੰਦਾ ਜੇ ਤੁਹਾਡੀ ਇੰਨੀ ਹੈ, ਮੋਦੀ ਤੁਹਾਡਾ ਯਾਰ ਹੈ, ਅਡਾਨੀ ਮੋਦੀ ਨੂੰ ਰਿਪੋਰਟ ਕਰਦਾ, ਅਡਾਨੀ ਤੋਂ ਕੰਮ ਦਵਾ ਦਿਓ ਯੂਨੀਅਨ ਨੂੰ। ਵੀ ਸਰ ਇੱਥੇ ਵੀ ਹੁਣ ਹਰ ਜਗ੍ਹਾ ਕੰਮ ਖਰਾਬ ਕਰਨਾ, ਉੱਥੇ ਜਿਹੜਾ ਹੈ ਕੌਣ ਫੈਕਟਰੀ ਲਾਊਗਾ ਜੀ ਸਾਡੇ? ਅਸੀਂ ਕੰਪਨੀ ਨਾਲ ਗੱਲ ਕਰਦੇ ਹਾਂ, ਹੋਰ ਹੀ ਤਰ੍ਹਾਂ ਦੇ ਉੱਥੇ ਹੁੱਲੜਬਾਜੀ। 2 ਪਿੰਡ ਆਈਡੈਂਟੀਫਾਈ ਕੀਤੇ ਸੀ ਜੀ ਮੈਂ ਹਲਕੇ 'ਚ, ਡੈਣੀ ਅਤੇ ਮੋਣਾ, ਜਿੱਥੇ ਉੱਥੇ ਸ਼ਾਮ ਲੜ ਜ਼ਮੀਨਾਂ ਸਾਨੂੰ ਸੀਗਾ, ਇੱਥੇ ਕਾਰੋਬਾਰ, ਇੱਥੇ ਵੱਡੇ, ਕੌਣ ਲਾਊਗਾ ਜੀ ਕਾਰੋ? ਹਾਂ ਜੇ ਤੁਹਾਡੀ ਇੰਨੀ ਭਲਾ ਕਰੋ ਯਾਰ, ਮੈਨੂੰ ਵੀ ਖੁਸ਼ੀ ਹੋਊਗੀ, ਮੇਰੇ ਲੋਕ ਨੇ। ਤੁਸੀਂ ਕ੍ਰੈਡਿਟ ਲਓ, ਜਿੰਨਾ ਮਰਜ਼ੀ ਲਓ, ਮੈਂ ਤੁਹਾਡੇ ਧੰਨਵਾਦ ਦੀ ਚਿੱਠੀਆਂ ਵੰਡੂੰਗਾ। ਤੁਸੀਂ ਹੜ੍ਹ ਚ ਆ ਕੇ ਇੱਥੇ ਸਾਡੇ 4 ਪੈਕਟ ਵੰਡ ਗਏ, ਮੈਂ ਉਹਦਾ ਵੀ 4 ਪੈਕਟਾਂ ਦਾ ਵੀ ਧੰਨਵਾਦ ਕੀਤਾ, 4 ਪੈਕਟ ਤੁਸੀਂ ਵੰਡ ਕੇ ਗਏ ਉਹਨਾਂ ਦਾ ਵੀ ਧੰਨਵਾਦ ਕੀਤਾ। ਤੁਸੀਂ ਦਵਾਓ ਅਡਾਨੀ ਤੋਂ ਕੰਮ ਯਾਰ, ਖੁੱਲ੍ਹਾ ਚੈਲੰਜ ਹੈ, ਸਾਰਾ ਹਿਮਾਚਲ 'ਚ ਕੰਮ ਅਡਾਨੀ ਦਾ, ਸੇਬ ਦਵਾ ਦਿਉ, ਸੀਮਿੰਟ ਦੀ ਫੈਕਟਰੀਆਂ ਅਡਾਨੀ ਦੀਆਂ ਉਹ ਦਵਾਓ, ਇੱਥੇ ਤੁਸੀਂ ਕਿਉਂ ਦਿੱਕਤ ਕਰਦੇ ਹੋ ਲੋਕਾਂ ਨੂੰ? ਇਸ ਕਰਕੇ ਅੱਜ ਦਾ ਇਹ ਹੈ ਕਿ ਅਗਰ ਇਹ ਬੰਦ ਹੋਇਆ ਤਾਂ ਬੀਜੇਪੀ ਦੇ ਲੀਡਰਾਂ ਕਰਕੇ ਬੰਦ ਹੋਊਗਾ, ਜਿੰਨੇ ਬੀਜੇਪੀ ਦੇ ਲੀਡਰ ਹੈ। ਹੋਰ ਇੱਥੇ ਇੱਕ ਜਿਹੜਾ ਦੂਜਾ ਦਰੀ ਮਹਿਕਮਾ ਹੈ, ਉਹ ਕੀ ਕਰੀ ਜਾਂਦਾ ਹੁਣ? ਪਹਿਲਾਂ ਤਾਂ ਕਹਿੰਦਾ ਸੀ ਫਲਾਈਓਵਰ ਨਹੀਂ ਚੱਲਦਾ, ਹੁਣ ਉਹ ਚੱਲ ਕੇ ਫਲਾਈਓਵਰ 'ਤੇ ਨਾ ਜਿੱਥੇ ਕੋਈ ਕਮੀ ਜੀ ਲੱਗਦੀ ਹੈ ਉਹਦੀ ਫੋਟੋਆਂ ਖਿੱਚ ਕੇ ਕੰਪਲੇਂਟ ਪਾਈ ਜਾਂਦੇ ਆ। ਦੇਖੋ ਇੰਨੇ ਉਹ ਦਰੀ ਮਹਿਕਮਾ ਕਿ ਵੀ ਹੁਣ ਇਹ ਕਿਉਂ ਚੱਲ ਪਿਆ, ਉਹਨਾਂ ਨੂੰ ਇਹ ਤਕਲੀਫ ਹੈ ਜੇ ਆਹ ਛੋਟੀ ਛੋਟੀ ਕੰਪਲੇਂਟ ਕਿ ਕਿਸੇ ਤਰੀਕੇ ਨਾਲ ਰੁਕ ਜਾਵੇ। ਮੈਨੂੰ ਕਹਿਣਾ ਨਹੀਂ ਚਾਹੂਗਾ ਇਹ ਅਲਫਾਜ਼ ਕਹਿੰਦੇ ਹੋਏ, ਮੈਨੂੰ ਮੇਰਾ ਦਿਲ ਦੁਖਦਾ। ਉਹ ਸੋਚ ਉਹਨਾਂ ਦੀ ਇਹ ਹੈ, ਇੱਦਾਂ ਦੇ ਲੋਕ ਨੇ ਕਿ ਉਹ ਸਵੇਰੇ ਉੱਠ ਕੇ ਸੋਚਦੇ ਨੇ ਕਿ ਕਿਸੇ ਦਾ ਕੋਈ ਧੀ ਪੁੱਤ ਮਰ ਜਾਵੇ, ਅਸੀਂ ਹਰਜੋਤ ਮੈਂਸ ਦੇ ਖਿਲਾਫ਼ ਦਰੀ ਚੱਕ ਕੇ ਧਰਨਾ ਲਾਏ। ਇਸ ਸੋਚ ਦੇ ਮਾਲਕ ਨੇ, ਇੰਨੀ ਘਟੀਆ ਸੋਚ ਦੇ ਮਾਲਕ ਨੇ ਕਿ ਕਿਸੇ ਤਰੀਕੇ ਕੋਈ ਹੋਵੇ, ਕੁਛ ਤਾਂ ਹੋਵੇ, ਕਿਸੇ ਦਾ ਕਾਰੋਬਾਰ ਤਬਾਹ ਹੋਵੇ, ਕਿਸੇ ਦਾ ਧੀ ਪੁੱਤ ਮਰੇ, ਅਸੀਂ ਸਾਨੂੰ ਮੌਕਾ ਮਿਲੇ। ਇੱਦਾਂ ਦੇ ਨੇ ਮੈਂ ਦੇਖਿਆ। ਕੋਈ ਇੱਕ ਯੂਨੀਅਨ ਆਈ, ਉਹਦਾ ਇੱਕ ਮੰਗ ਸੀ ਕਿ ਆਹ ਟੈਸਟ ਹੋਣਾ ਚਾਹੀਦਾ, ਸਭ ਤੋਂ ਅੱਗੇ ਉਹ ਹਰਜੋਤ ਬੈਂਸ ਮੁਰਦਾਬਾਦ। ਅਗਲੇ ਹਫ਼ਤੇ ਦੂਜੀ ਯੂਨੀਅਨ ਆ ਗਈ, ਉਹ ਪਿਛਲੀ ਯੂਨੀਅਨ ਦੇ ਖਿਲਾਫ਼ ਧਰਨਾ ਦੇਣ ਲਈ ਕਿ ਆਹ ਟੈਸਟ ਲਾਜ਼ਮੀ ਹੈ ਕਰੋ। ਉੱਥੇ ਫਿਰ ਅੱਗੇ ਹਰਜੋਤ ਬੈਂਸ ਮੁਰਦਾ, ਇਸ਼ੂ ਪਤਾ ਨਹੀਂ, ਮੁੱਦਾ ਪਤਾ ਨਹੀਂ। ਹੁਣ ਮੇਰੀ ਬੇਨਤੀ ਹੈ ਜੀ ਆਪ ਜੀ ਦੇ ਰਾਹੀਂ ਕਿ ਮੈਂ ਆਪਣੇ ਲੋਕਾਂ ਨੂੰ ਵੀ ਦੱਸਣਾ ਚਾਹੂੰਗਾ, ਜੇ ਕੋਈ ਵੀ ਸਾਜਿਸ਼ ਹੁੰਦੀ ਅੱਜ ਵੀ ਆ ਜਾਂ ਦੂਜੇ ਪਾਸੇ ਦੀ ਰਿਪੋਰਟ ਲੈ ਕੇ ਤੁਹਾਨੂੰ ਦੱਸਦੀ ਹੈ, ਤੁਹਾਡੇ ਨਾਲ ਵੀ ਸਾਂਝੀ ਕਰਦੇ ਨੇ। ਹਰ ਹਫ਼ਤੇ ਇੱਦਾਂ ਹੀ ਮੀਟਿੰਗਾਂ ਜਾਰੀ ਰਹਿਣਗੀਆਂ, ਇਹ ਵੀ ਦੂਜਾ ਪਾਸਾ ਵੀ ਚਲਾਉਣਾ। 3 ਅਕਤੂਬਰ ਤੱਕ 3 ਲੈਂਟਰ ਰਹਿੰਦੇ ਆ ਜੀ ਇਸ ਫਲਾਈਓਵਰ ਦੇ ਇਸ ਪਾਸੇ ਦੇ। ਪਹਿਲੇ ਲੈਂਟਰ ਦੀ ਕਮਿਟਮੈਂਟ ਇਹ ਨਹੀਂ ਦਿੱਤੀ ਹੈ ਕੰਪਨੀ ਨੇ ਜੀ, 3 ਅਕਤੂਬਰ। ਦੂਜੀ ਲੈਂਟਰ ਦੀ ਕਮਿਟਮੈਂਟ ਹੈ 30 ਅਕਤੂਬਰ, ਅਤੇ ਤੀਜਾ ਫਾਈਨਲ ਜਿਸ ਦਿਨ ਇਹ ਵੀ ਹੋ ਜੂਗਾ 10 ਨਵੰਬਰ।
10 ਨਵੰਬਰ ਤੋਂ ਪਹਿਲਾਂ ਉਹਨਾਂ ਨੇ ਆਪਾਂ ਨੂੰ ਇਹ ਸਾਰਾ ਲੈਂਟਰ ਪਾ ਗਿਆ, ਉਸ ਤੋਂ ਬਾਅਦ 5-7 ਬਾਕੀ ਫਾਰਮੈਲਿਟੀਆਂ ਤਾਂ ਹੋ ਗਈਆਂ, 5-7-10 ਦਿਨ ਜਿਹੜੀ ਪਰਮਿਸ਼ਨ ਦੇ ਜਾਂ ਹੋਰ ਲੱਗਣਗੇ, ਯਾਨੀ ਨਵੰਬਰ ਦੇ ਅੰਤ ਤੱਕ ਇਹ ਵੀ ਆਪਾਂ ਨੂੰ ਪਾਸਾ ਮਿਲੂਗਾ। 10 ਨਵੰਬਰ ਤੱਕ ਇੱਧਰ ਦੇ 3 ਲੈਂਟਰ ਜਿਹੜੇ ਆ ਉਹ ਤੁਹਾਡੇ ਸਾਹਮਣੇ ਦੇਖ ਲਏ। ਇਹ ਵੀ ਦੱਸ ਦੇਵਾਂ ਬਹੁਤ ਸਾਰੇ ਇੱਥੇ ਪੱਤਰਕਾਰ ਵੀ ਇੱਕ ਦੋ ਹੈਗੇ ਇੱਦਾਂ ਦੇ ਕਾਲੇ, ਉਹਨਾਂ ਨੂੰ ਉਹ ਵੀ ਚਾਹੁੰਦੇ ਬੰਦ ਹੋ ਜਾਣ ਇੱਦਾਂ ਦਾ। ਇੱਕ ਅੱਧਾ ਪੱਤਰਕਾਰ ਵੀ ਹੈਗਾ ਉਹਦਾ ਕੰਮ ਹੀ ਕੋਈ ਨਹੀਂ ਹੈ, ਜਿਹੜਾ ਕਹਿੰਦਾ ਸੀ ਹਰਜੋਤ ਪੈਂਸ 4 ਨੰਬਰ 'ਤੇ ਆਊਗਾ, ਠੀਕ ਹੈ ਨਾ, ਜਿਹੜੀ ਇੰਨੀ ਸਮਝ ਹੈ ਉਹ ਵੀ ਜੀ ਅੱਛਾ ਇਹ ਉਹ ਵੀ ਜਾਂਦਾ। ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਕੁਛ ਟਾਈਮ ਦੇ ਲਈ ਉਹ ਅਸੀਂ ਨੋਟਿਸ ਕੱਢਿਆ ਕਰਾਂਗੇ, ਮੰਗਲਵਾਰ ਤੇ ਵੀਰਵਾਰ ਦੋ ਹੈ ਜ਼ਰੂਰਤ ਪੈਂਦੀ, ਮੰਗਲਵਾਰ ਤੇ ਵੀਰਵਾਰ ਕੁਛ ਕੰਮ ਜਿਹੜਾ ਹਲਕਾ ਹਲਕਾ ਰਹਿੰਦਾ ਉਹ ਦਿਨੇ ਬੰਦ ਹੋ ਜਾਇਆ ਕਰੂਗਾ, 12 ਘੰਟੇ ਉਸ ਤੋਂ ਬਾਅਦ ਚੱਲ ਪਊਗਾ। ਜੇ ਅਗਰ ਉਹ ਜਿਹੜਾ ਕੁਛ ਕੁਛ ਕੰਮ ਉੱਥੇ ਰਹਿੰਦਾ ਜਿਵੇਂ ਸਟਰੀਟ ਲਾਈਟਾਂ ਦਾ, ਜੋੜਾਂ ਦੇ ਵਿੱਚ ਇੰਨੀ ਕੁਛ ਕਰਨਾ, ਰੇਲਵੇ ਦੀ ਜਾਲੀ ਲੱਗਣੀ ਹੈ, ਉਹ ਪਬਲਿਕਲੀ ਪਹਿਲਾਂ ਤੁਹਾਨੂੰ ਦੱਸ ਕੇ ਵੀ ਅੱਜ ਫਲਾਈਓਵਰ 9 ਵਜੇ ਤੋਂ 9 ਵਜੇ ਤੱਕ ਬੰਦ ਰਹੂਗਾ, ਉਹ ਅਸੀਂ ਤੁਹਾਨੂੰ ਦੱਸ ਕੇ, ਤਾਂ ਉਹਦੇ 'ਚ ਘਬਰਾਉਣ ਦੀ ਲੋੜ ਨਹੀਂ, ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ। ਹਾਂ ਅਗਰ ਇਹ ਕੋਈ ਹੋਰ ਸ਼ਰਾਰਤ ਕਰਦੇ ਆ ਮੈਂ ਵੀ ਤਿਆਰ ਬੈਠੇ, ਤੁਸੀਂ ਵੀ ਤਿਆਰ ਬੈਠੇ, ਪਰ ਰੇਲ ਬਣਾਵਾਂਗੇ ਇਹਨਾਂ ਦੀ। ਬਹੁਤ ਬਹੁਤ ਧੰਨਵਾਦ ਜੀ।